ਡਾਕਟਰ ਨਰਿੰਦਰ ਸਿੰਘ ਕਪੂਰ ਦਾ ਲੇਖ ਸੁੰਦਰਤਾ ਦੀ ਖਿੱਚ ਜੋ ਸੁੰਦਰ ਹੈ ਜਵਾਨ ਹੈ ਨਵਾਂ ਨਿਆਰਾ ਤੇ ਦਿਲਚਸਪ ਹੈ ਉਹ ਧਿਆਨ ਖਿੱਚੇਗਾ ਉਹ ਖਿੱਚ ਹੀ ਨਹੀਂ ਤੂੰ ਵੀ ਪਾਏਗਾ ਖਿੱਚ ਕਈ ਕਾਰਨਾ ਤੇ ਕਈ ਢੰਗਾਂ ਨਾਲ ਪੈਂਦੀ ਹੈ ਖਿੱਚ ਉਤੇ ਸਾਡਾ ਕੋਈ ਵਾਸ ਨਹੀਂ ਚੱਲਦਾ ਸਾਨੂੰ ਇਹਦਾ ਕਾਰਨ ਵੀ ਸਮਝ ਨਹੀਂ ਆਉਂਦਾ ਪਰ ਜਦੋਂ ਇਹ ਪੈਂਦੀ ਹੈ ਤਾਂ ਅਸੀਂ ਆਪ ਨੂੰ ਹਰੇ ਖਿੱਚੇ ਚਲੇ ਜਾਂਦੇ ਹਾਂ ਜੇ ਤੁਹਾਨੂੰ ਕਿਸੇ ਦੀ ਖਿੱਚ ਪੈਂਦੀ ਹੈ ਤਾਂ ਸਬੂਤ ਹੈ ਕਿ ਤੁਸੀਂ ਤੰਦਰੁਸਤ ਹੋ ਰੰਗਾਂ ਆਕਾਰਾਂ ਰੂਪਾਂ ਦੀ ਵੀ ਖਿੱਚ ਹੁੰਦੀ ਹੈ ਸੰਗੀਤ ਨ੍ਰਿਤ ਸਾਹਿਤ ਚਿੱਤਰ ਤੇ ਦ੍ਰਿਸ਼ ਵੀ ਖਿੱਚ ਪਾਉਂਦੇ ਹਨ ਕੁਝ ਚੀਜ਼ਾਂ ਦਿਲਚਸਪ ਲੱਗਦੀਆਂ ਹਨ ਕੁਝ ਧਿਆਨ ਮੰਗਦੀਆਂ ਹਨ ਕੋਈ ਕੋਈ ਹੁੰਦੀ ਹੈ ਜਿਹੜੀ ਖਿੱਚ ਵੀ ਪਾਉਂਦੀ ਹੈ ਖਿੱਚ ਕੋਈ ਹੋਵੇ ਉਸ ਨਾਲ ਦਿਮਾਗ ਨਾਲੋਂ ਦਿਲ ਉਧੇਰੇ ਪ੍ਰਭਾਵਿਤ ਹੁੰਦਾ ਹੈ ਕਈ ਖਿੱਚਾਂ ਆਰਜ਼ੀ ਹੁੰਦੀਆਂ ਹੈ परकई ਬੜੀ ਦੂਰ ਤੱਕ ਨਿਭਦੀਆਂ ਹਨ ਖਿੱਚ ਵੀ ਚੰ드ਰਮਾ ਵਾਂਗ ਘਟਦੀ ਵੱਧਦੀ ਰਹਿੰਦੀ ਹੈ ਮਨੁੱਖ ਖੋਨਾ ਚਿਰਹੀ ਜਿਉਂਦਾ ਜਿੰਨਾ ਚਿਰ ਉਹਨੂੰ ਕੋਈ ਨਾ ਕੋਈ ਖਿੱਚ ਪੈਂਦੀ ਰਹਿੰਦੀ ਹੈ ਮਨੁੱਖ ਹਮੇਸ਼ਾ ਲਈ ਕਿਸੇ ਇੱਕ ਨੂੰ ਪਿਆਰ ਕਰਨ ਵਾਸਤੇ ਬਣਿਆ ਹੀ ਨਹੀਂ ਹੈ ਉਹਨੂੰ ਨਵੇਂ ਅਨੁਭਵ ਪ੍ਰਾਪਤ ਹੁੰਦੇ ਰਹਿੰਦੇ ਹੈ ਸਜਰੀਆਂ ਖਿੱਚਾਂ ਉਹਨੂੰ ਅੱਕਣ ਥੱਕਣ ਨਹੀਂ ਦਿੰਦੀਆਂ ਇਸ ਪੱਖੋਂ ਪਸ਼ੂ ਪੰਛੀ ਵਧੇਰੇ ਆਧੁਨਿਕ ਹਨ ਉਹ ਕੁਦਰਤ ਨਾਲ ਵਧੇਰੇ ਇੱਕਸਰ ਹਨ ਉਹ ਲੰਮੀਆਂ ਵਫਾਦਾਰੀਆਂ ਦੀਆਂ ਸੋਆਂ ਖਾਂਦੇ ਹੀ ਨਹੀਂ ਸੋਨਾ ਉੱਤੇ ਬੇਵਫਾਈ ਦੀ ਤੋਹਮਤ ਵੀ ਨਹੀਂ ਲੱਗਦੀ ਉਹਨਾਂ ਨੂੰ ਜਿਸਤੀ ਤੇ ਜਿੱਧਰੋਂ ਖਿੱਚ ਮਹਿਸੂਸ ਹੁੰਦੀ ਹੈ ਉਧਰ ਨਿਕਲ ਜਾਂਦੇ ਹੈ ਮਨੁੱਖੀ ਨਸਲ ਵੀ ਭੋਜਨ ਪੈਸੇ ਪ੍ਰਸਿੱਧੀ ਮਾਨਤਾ ਆਦਿ ਭਾਂਤ ਭਾਂਦੀਆਂ ਖਿੱਚਾਂ ਹਟਾਉਂਦੀ ਹੈ ਪਰ ਸਭ ਤੋਂ ਵੱਧ ਵਿਆਪਕ ਸਦੀਵੀ ਤੇ ਸ਼ਕਤੀਸ਼ਾਲੀ ਖਿੱਚ ਇਸਤਰੀ ਪੁਰਸ਼ ਵਿਚਾਰ ਹੁੰਦੀ ਹੈ ਇਸਤਰੀ ਪੁਰਸ਼ ਦੀ ਮਾਨਸਿਕ ਤੇ ਸਰੀਰਕ ਬਣਤਰ ਹੀ ਅਜਿਹੀ ਹੈ ਕਿ ਇੱਕ ਦੂਜੇ ਨੂੰ ਖਿੱਚ ਪਾਉਂਦੇ ਰਹਿੰਦੇ ਹਨ ਜਨਮ ਲੈਂਦੇ ਹੀ ਸੰਸਾਰ ਤੇ ਜੀਵਨ ਦੀ ਖਿੱਚ ਪੈਣ ਲੱਗ ਪੈਂਦੀ ਹੈ ਹਰ ਕੋਈ ਹਰੇਕ ਖਿੱਚ ਨੂੰ ਵੱਖਰੇ ਢੰਗ ਨਾਲ ਮਹਿਸੂਸ ਕਰਦਾ ਹੈ ਤੇ ਆਪਣੀ ਖਿੱਚ ਨੂੰ ਨਵੇਕਲੇ ਢੰਗ ਨਾਲ ਪੜ੍ਹਦਾ ਤੇ ਬਿਆਨ ਕਰਦਾ ਹੈ ਕੋਈ ਦੂਜੇ ਨੂੰ ਨਾਵਲ ਵਾਂਗ ਪੜ੍ਹਦਾ ਹੈ ਕੋਈ ਕਵਿਤਾ ਵਾਂਗ ਕੋਈ ਪ੍ਰਸ਼ਨ ਪੱਤਰ ਵਾਂਗ ਸ਼ਕਤੀਸ਼ਾਲੀ ਖਿੱਚ ਦਵੱਲੀ ਹੁੰਦੀ ਹੈ ਇੱਕ ਪਾਸੜ ਜਾਈ ਕੈਰੀ ਖਿੱਚ ਖਿੱਚ ਨਹੀਂ ਹੁੰਦੀ ਦਿਲਚਸਪੀ ਹੀ ਹੁੰਦੀ ਹੈ ਦਵੱਲੀ ਖਿੱਚ ਵਿੱਚ ਦੋਹਾਂ ਤਰ੍ਹਾਂ ਨੂੰ ਲਾਗਤ ਨਾਲੋਂ ਪ੍ਰਾਪਤੀ ਵਧੇਰੇ ਹੋਰੀ ਪ੍ਰਤੀਤ ਹੁੰਦੀ ਹੈ ਲੈਣ ਦੇਣ ਭਾਵਕ ਹੋਣ ਕਰਕੇ ਦੋਵੇਂ ਨੇੜੇ ਆ ਜਾਂਦੇ ਹਨ ਤੇ ਜ਼ਿੰਦਗੀ ਨਾਲੋਂ ਵੀ ਲੰਮੇ ਵਾਅਦੇ ਕਰਦੇ ਹਨ ਪਰਸਪਰ ਖਿੱਚੇਨੀ ਸ਼ਕਤੀਸ਼ਾਲੀ ਹੁੰਦੀ ਹੈ ਕਿ ਲੰਮੇ ਵਾਅਦੇ ਹੀ ਟੁਕਵੇਂ ਪ੍ਰਤੀਤ ਹੁੰਦੇ ਹਨ ਪਰ ਬਹੁਤੀਆਂ ਖਿੱਚਾਂ ਦੀ ਉਮਰ ਲੰਮੀ ਨਹੀਂ ਹੁੰਦੀ ਇਸ ਸੰਸਾਰ 'ਚ ਕੋਈ ਵੀ ਅਜਿਹਾ ਨਹੀਂ ਜਿਸ ਨੂੰ ਕਿਸੇ ਦੀ ਵੀ ਖਿੱਚ ਨਾ ਪਈ ਹੋਵੇ ਕਈਆਂ ਨੂੰ ਇੱਕ ਖਿੱਚ ਪਹਿਲਾਂ ਹੀ ਪਈ ਹੁੰਦੀ ਹੈ ਕਿਸੇ ਹੋਰ ਵੱਲੋਂ ਕਿਸੇ ਹੋਰ ਪਾਸਿਓ ਕੋਈ ਹੋਰ ਖਿੱਚ ਪੈਣ ਲੱਗ ਜਾਂਦੀ ਹੈ ਇੱਕ ਲੜਕੀ ਹੈ ਤਾਂ ਪਰੀ ਸੀ ਪਰ ਪਿਆਰ ਦੀਆਂ ਖਿੱਚਾਂ ਮੰਨਣ ਲਈ ਉਹ ਧਰਤੀ ਤੇ ਉਤਰਾਈ ਸੀ ਉਹ ਕਹਿ ਰਹੀ ਸੀ ਮੈਂ ਚਾਹੁੰਦੀ ਆ ਕੋਈ ਮੇਰਾ ਓਵੇਂ ਧਿਆਨ ਰੱਖੇ ਓਵੇਂ ਵਿਹਾਰ ਕਰੇ ਜਿਵੇਂ ਮੈਂ ਕਿਸੇ ਗੰਭੀਰ ਰੋਗ ਦੀ ਮਰੀਜ਼ ਹੋਵਾਂ ਕਿਸੇ ਦੇ ਪਿਆਰ 'ਚ ਖਿੱਚੀ ਉਹ ਅਕਸਰ ਬਿਮਾਰ ਪੈ ਜਾਂਦੀ ਸੀ। ਇਵੇਂ ਉਹਨੇ ਕਈਆਂ ਤੋਂ ਪਿਆਰ ਕਰਵਾਇਆ ਤੇ ਕੁਝ ਨੂੰ ਕੀਤਾ ਵੀ। ਜਦੋਂ ਕਿਸੇ ਨਾਲ ਪਿਆਰ ਕਰਦੀ ਸੀ ਤਾਂ ਇਸ ਦੌਰਾਨ ਕੋਈ ਹੋਰ ਖਿੱਚ ਪਾਉਣ ਲੱਗ ਪੈਂਦਾ ਸੀ। ਜਿਸ ਤੋਂ ਉਹਨੂੰ ਵਧੇਰੇ ਲਾਡ ਪਿਆਰ ਦੀ ਆਸ ਜਾਗ ਪੈਂਦੀ ਸੀ। ਅਜੇ ਆਵਾਪਰਨਾ ਉਸਨੂੰ ਬੜਾ ਸੁਭਾਵਕ ਲੱਗਦਾ ਸੀ। ਇਸ ਸੰਸਾਰ 'ਚ ਅਨੇਕਾਂ ਹੋਰਾਂ ਨੂੰ ਖਿੱਚਾਂ ਪਾਉਣ ਤੇ ਖਿੱਚੇ ਜਾਣ ਲਈ ਹੀ ਆਉਂਦੇ ਹਨ। ਇਸ 3 ਦਾ ਪੁਰਸ਼ ਨੂੰ ਖਿੱਚ ਪਾਉਣਾ ਲੋਹੇ ਤੇ ਚੁੰਬਕ ਭੁੱਖ ਤੇ ਭੋਜਨ ਪੂਰਨਮਾਸ਼ੀ ਤੇ ਸਮੁੰਦਰ ਦੀ ਖਿੱਚ ਵਾਂਗ ਹੁੰਦਾ ਹੈ ਖਿੱਚ ਪਾਉਣ ਦੀ ਇਸਤਰੀ ਵਿੱਚ ਪੁਰਸ਼ਾਂ ਨਾਲੋਂ ਯੋਗਤਾ ਵਧੇਰੀ ਹੁੰਦੀ ਹੈ ਕੋਈ ਕਹ ਰਿਹਾ ਸੀ ਉਹਨੇ ਮੈਨੂੰ ਹੀ ਆਉ ਖਿੱਚਿਆ ਜਿਵੇਂ ਨਿਊਟਨ ਸਾਹਮਣੇ ਧਰਤੀ ਨੇ ਸੇਬ ਨੂੰ ਖਿੱਚਿਆ ਸੀ ਖਿੱਚ ਇੱਕ ਦੂਜੇ ਨੂੰ ਵੇਖਣ ਨਾਲ ਸ਼ੁਰੂ ਹੁੰਦੀ ਹੈ ਜ਼ਰੂਰੀ ਨਹੀਂ ਕਿ ਚੰਗੇ ਹੀ ਚੰਗਿਆਂ ਵੱਲ ਖਿੱਚੇ ਜਾਣ ਵਿਰੋਧ ਦੀ ਵੀ ਖਿੱਚ ਹੁੰਦੀ ਹੈ ਤੇ ਵਰਜਿਤ ਚੀਜ਼ਾਂ ਵਧੇਰੇ ਖਿੱਚ ਪਾਉਂਦੀਆਂ ਹਨ ਕਿਸੇ ਵਿੱਚ ਜੋ ਕੁਝ ਸਧਾਰਨ ਤੇ ਸਹੀ ਹੁੰਦਾ ਉਹ ਖਿੱਚ ਨਹੀਂ ਪਾਉਂਦਾ ਉਹਦਾ ਵਿਚਿਤਰ ਤੇ ਵਿਲੱਖਣ ਵਿਹਾਰ ਖਿੱਚ ਪਾਉਂਦਾ ਜੋ ਚੰਗਾ ਹੋਏਗਾ ਉਹ ਨਹੀਂ ਜੋ ਦਿਲਚਸਪ ਹੋਏਗਾ ਉਹ ਖਿੱਚ ਪਾਏਗਾ ਖਿੱਚ ਨੂੰ ਤਰਕ ਸੰਗਤ ਢੰਗ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਖਿੱਚ ਵਿੱਚ ਦਿਮਾਗ ਦਾ ਦਖਲ ਨਹੀਂ ਹੁੰਦਾ ਦਿਮਾਗ ਦੀ ਦਿਲਚਸਪੀ ਨਫੇ ਨੁਕਸਾਨ ਤੇ ਮਾਪੀਆਂ ਤੋਲੀਆਂ ਗਿਣੀਆਂ ਜਾਣ ਵਾਲੀਆਂ ਚੀਜ਼ਾਂ 'ਚ ਹੁੰਦੀ ਹੈ। ਭਾਵੇਂ ਕੁਝ ਜੂਏ ਵਾਂਗ ਗਲਤੀ ਹੋਵੇ ਪਰ ਜੇ ਉਹ ਦਿਲਚਸਪ ਹੋਏਗਾ ਤਾਂ ਧਿਆਨ ਖਿੱਚੇਗਾ। ਜੋ ਹੋ ਰਿਹਾ ਹੁੰਦਾ ਉਹ ਦਿਸ ਰਿਹਾ ਹੁੰਦਾ ਹੈ। ਜੋ ਹੋ ਸਕਦਾ ਹੁੰਦਾ ਉਹ ਛੁਪਿਆ ਹੁੰਦਾ ਹੈ। ਤੇ ਉਹ ਦਿਸਦਾ ਨਹੀਂ ਉਹ ਖਿੱਚ ਪਾਉਂਦਾ ਹੈ। ਕੱਪੜਿਆਂ ਵਿੱਚ ਆਪਣੀ ਓਨੀ ਖੇਚ ਨਹੀਂ ਹੁੰਦੀ ਜਿਨਿ ਕੱਪੜਿਆਂ ਅੰਦਰ ਛੁਪਾਏ ਅੰਗਾ ਕਾਰਨ ਹੁੰਦੀ ਹੈ। ਨੈਣ ਨਕਸ਼ਵੀ ਤਾਂ ਖਿੱਚ ਹੀ ਪਾਉਂਦੇ ਹਨ। ਕਿਉਂਕਿ ਉਹ ਕਪੜੇ ਅੰਦਰਲੀ ਰੌਣਕ ਵੱਲ ਇਸ਼ਾਰਾ ਕਰਦੇ ਹਨ ਇਸ ਰੌਣਕ ਕਾਰਨ స్త్రీ ਪੁਰਸ਼ ਵਿੱਚ ਇੱਕ ਦੂਜੇ ਨੂੰ ਪਰਮਾਉਣ ਦੀ ਖੇਡ ਚੱਲਦੀ ਹੈ ਝੂਠ ਬੋਲਣਾ ਪਰਮਾਉਣ ਦੀ ਖੇਡ ਦਾ ਦਾਾ ਹੁੰਦਾ ਹੈ ਜਦੋਂ ਸੱਚ ਬੋਲਣ ਨਾਲ ਕਿਸੇ ਨੂੰ ਪਰਮਾਉਣਾ ਸੰਭਵ ਨਾ ਹੋਵੇ ਤਾਂ ਪਰਮਾਉਣ ਲਈ ਝੂਠ ਵਰਤਿਆ ਜਾਂਦਾ ਹੈ ਖਿੱਚ ਪੈਣ ਉਪਰੰਤ ਦੋਵੇਂ ਸੋਚਦੇ ਹਨ ਕਿ ਸਾਡੀ ਕਿਸਮਤ ਬਦਲਣ ਵਾਲੀ ਹੈ ਦੋਹਾਂ ਨੂੰ ਲੱਗਦਾ ਹੈ ਕਿ ਪਿਆਰੀ ਨੂੰ ਪਛਾਣਨ ਵਾਲੀ ਨਜ਼ਰ ਲੱਭ ਪਈ ਹੈ ਤੇ ਵੀ ਪਤਾ ਲੱਗ ਗਿਆ ਕਿ ਇਸ ਨਜ਼ਰ ਨਾਲ ਵੇਖਣਾ ਕਿਸ ਨੂੰ ਹੈ ਖਿੱਚ ਪੈਣ ਤੇ ਸ਼ਬਦਾਂ ਦੇ ਨਾਲ ਨਾਲ ਸੰਕੇਤਾਂ ਦੀ ਭਾਸ਼ਾ ਉਪਜਦੀ ਹੈ ਕੋਈ ਪੁੱਛੇ ਬਿਨਾਂ ਵੀ ਨਹੀਂ ਕਾफी ਬਣਾਉਣ ਲੱਗ ਜਾਂਦੀ ਕੋਈ ਉੰਜ ਹੀ ਕਿਸੇ ਦੀ ਗੈਰ ਹਾਜ਼ਰੀ ਦੇ ਦਿਨ ਨਹੀਂ ਗਿਣਨ ਲੱਗ ਪੈਂਦਾ ਖਿੱਚ ਪੈਣ ਤੇ ਹੌਕੇ ਲੈਣੇ ਆ ਜਾਂਦੇ ਐ ਉਦਾਸ ਹੋਣਾ ਚੰਗਾ ਲੱਗਣ ਲੱਗ ਪੈਂਦਾ ਦਿਲ ਕਰਦਾ ਜੇ ਕੋਈ ਮੇਰੇ ਮੇਰਾ ਦਿਲ ਤੋੜੇ ਤਾਂ ਕੇਵਲ ਉਹੀ ਤੋੜੇ ਜਿਸ ਦੀ ਖਿੱਚ ਪੈਂਦੀ ਹੈ ਦਿਲ ਕਰਦਾ ਉਹ ਨੇੜੇ ਨੇੜੇ ਰਹੇ ਉਹ ਆਵੇ ਪਰ ਜਾਵੇ ਨਾ ਖਿੱਚ ਦਾ ਧਾਰ ਨੇੜਤਾ ਹੁੰਦੀ ਹੈ ਇੱਕ ਹੀ ਸੱਭਿਆਚਾਰ ਵਾਲੇ ਇੱਕ ਹੀ ਜਮਾਤ ਚ ਪੜਨ ਵਾਲੇ ਇੱਕ ਹੀ ਮੰਦਰ ਜਾਣ ਵਾਲੇ ਆਪਸ ਚ ਸੌਖਿਆ ਖਿੱਚੇ ਜਾਂਦੇ ਆ ਨੇੜਤਾ ਨਾਲ ਸਾਂਝਾਂ ਵਧੇਰੇ ਦਿਸਦੀਆਂ ਜਿਨ੍ਹਾਂ ਕਾਰਨ ਨਜ਼ਰਾਂ ਸ਼ਬਦਾਂ ਤੇ ਗੁੱਜੇ ਇਸ਼ਾਰਿਆਂ ਦਾ ਵਟਾਂਦਰਾ ਸੌਖਾ ਤੇ ਸੁਖਾਲਾ ਹੋ ਜਾਂਦਾ ਹੈ ਇਹ ਸਾਡੇ ਆਪਣੇ ਉਸਾਰੇ ਰਿਸ਼ਤੇ ਹੁੰਦੇ ਆ ਇਸ ਲਈ ਉਹਦੇਰੇ ਨਿੱਗੇ ਰਮਣੀਕ ਰਜਮੇ ਤੇ ਆਪਣੇ ਲੱਗਦੇ ਹਨ ਖਿੱਚ ਹਮੇਸ਼ਾ ਨਵੇਂ ਦੀ ਹੁੰਦੀ ਹੈ ਤੇ ਇਹ ਉਹਨਾਂ ਚਿਰ ਹੀ ਰਹਿੰਦੀ ਹੈ ਜਿਨ੍ਹਾਂ ਚਿਰ ਖਿੱਚ ਪਾਉਣ ਵਾਲੇ ਨਵੇਂ ਰਹਿੰਦੇ ਹਨ ਜਿਨ੍ਹਾਂ ਚ ਜਮਾਤਾਂ ਪਾਸ ਕਰਨ ਵਾਲਾ ਵਿਕਾਸ ਵਾਪਰਦਾ ਰਹੇ ਉਹਨਾਂ ਦੀ ਖਿੱਚ ਬਰਕਰਾਰ ਰਹਿੰਦੀ ਹੈ ਅਮਰੀਕਾ ਸੰਸਾਰ ਭਰ ਦੇ ਜਵਾਨਾਂ ਨੂੰ ਖਿੱਚ ਪਾਉਂਦਾ ਹੈ ਇਹ ਜਵਾਨ ਆਪਣੀਆਂ ਨਵੀਆਂ ਕਾਡਾਂ ਤੇ ਸੋਚਾਂ ਨਾਲ ਅਮਰੀਕਾ ਨੂੰ ਜਵਾਨ ਰੱਖਦੇ ਹਨ ਜਿਹੜਾ ਦੇਸ਼ ਵਿਚਾਰ ਜਾਂ ਵਿਅਕਤੀ ਕਿਸੇ ਨੂੰ ਚੰਗਾ ਨਹੀਂ ਲੱਗਦਾ ਉਹ ਪ੍ਰਭਾਵਿਤ ਨਹੀਂ ਕਰਦਾ ਖਿੱਚ ਨਹੀਂ ਪਾਉਂਦਾ ਖਿੱਚ ਵਿੱਚ ਸੋਜ ਤੇ ਸੁੰਦਰਤਾ ਦਾ ਯੋਗਦਾਨ ਹੁੰਦਾ ਹੈ ਪਤੀ ਸੋਹਣਾ ਹੋਵੇ ਚੰਗੀ ਗੱਲ ਹੈ ਪਰ ਪਤੀ ਨਾਲੋਂ ਪਤਨੀ ਦਾ ਸੋਹਣਾ ਹੋਣਾ ਗਿਆ ਸੋਹਣੀ ਲੱਗਣਾ ਜ਼ਰੂਰੀ ਹੈ ਜੇ ਫਿਲਮ ਦਾ ਨਾਇਕ ਫਿਲਮ ਦੇ ਖਲ ਨਾਇਕ ਨਾਲੋਂ ਤੇ ਰਾਮਲੀਲਾ ਦਾ ਰਾਮ ਰਾਵਣ ਨਾਲੋਂ ਸੋਹਣਾ ਨਹੀਂ ਤਾਂ ਪ੍ਰਭਾਵਿਤ ਨਹੀਂ ਕਰੇਗਾ ਪੁਰਸ਼ ਨੂੰ ਇਸਤਰੀ ਦੀ ਸੂਰਤ ਸਲੀਕਾ ਸੋਜ ਤੇ ਸਰੀਰ ਖਿੱਚਦਾ ਹੈ ਇਸਤਰੀ ਨੂੰ ਪੁਰਸ਼ ਦੀ ਸੁਰੱਖਿਆ ਸਾਥ ਅਕਲ ਤੇ ਰੁਤਬਾ ਖਿੱਚਦੇ ਹਨ ਇਸਤਰੀ ਦੇ ਨੈਣ ਨਕਸ਼ ਪਹਿਲਾਂ ਧਿਆਨ ਖਿੱਚਦੇ ਹਨ ਉਹਦੀ ਅਕਲ ਮਗਰੋਂ ਪ੍ਰਭਾਵਿਤ ਕਰਦੀ ਹੈ ਇਸੇ ਕਾਰਨ ਪਹਿਲੀ ਮਿਲਣੀ ਸਮੇਂ ਇਸਤਰੀ ਆਪ ਚੁੱਪ ਰਹਿ ਕੇ ਪੁਰਸ਼ ਨੂੰ ਨੈਣ ਨਕਸ਼ ਵੇਖਣ ਦਾ ਅਵਸਰ ਦਿੰਦੀ ਹੈ ਪੁਰਸ਼ ਮਿਲਦਿਆਂ ਹੀ ਬੋਲਣ ਲੱਗ ਪੈਂਦਾ ਹੈ ਇਸ ਲਈ ਉਹਦੇ ਬੋਲਣ ਤੇ ਉਹਦੀ ਅਕਲ ਦਾ ਅਨੁਮਾਨ ਪਹਿਲਾਂ ਲਾਇਆ ਜਾਂਦਾ ਹੈ। ਬਾਕੀ ਪੱਖ ਮਗਰੋਂ ਵੇਖੇ ਜਾਂਦੇ ਹਨ। ਪੁਰਸ਼ ਦੀ ਬਹਾਦਰੀ ਸਰੀਰਕ ਨਹੀਂ ਹੁੰਦੀ। ਉਹਦੇ ਇਰਾਦੇ 'ਚ ਹੁੰਦੀ ਹੈ। ਇਸਤਰੀ ਦੇ ਨੈਣ ਨਕਸ਼ੇ ਖਿੱਚ ਨਹੀਂ ਪਾਉਂਦੇ। ਉਹਦੀ ਸੁੰਦਰ ਤਕਣੀ, ਉਹਦੀਆਂ ਮਨਮੋਹਕ ਕਦਮਾਂ, ਸਲੀਕੇ ਵਾਲਾ ਵਿਹਾਰ ਵੀ ਖਿੱਚ ਪਾਉਂਦੇ ਹਨ। ਇਸੇ ਕਾਰਨ ਨੈਣ ਨਕਸ਼ਾ ਦੇ ਪੱਖੋਂ ਕਈ ਸਧਾਰਨ ਇਸਤਰੀਆਂ ਵੀ ਸੋਜਮਈ ਆਦਤਾਂ ਤੇ ਮਿੱਠੀ ਬੋਲਬਾਣੀ ਕਾਰਨ ਬੜੀਆਂ hit upon the Tanwad. Chalda